ਗੱਲ ਕਰਾਂਗੇ ਪੀਐਸਟ ਬਾਰੇ ਬਹੁਤ ਸਾਰੇ ਨੇ ਫਾਰਮ ਭਰਤਾ ਹੋਣਾ ਠੀਕ ਹੈ ਪਰ ਫਾਰਮ ਭਰਨ ਤੋਂ ਬਾਅਦ ਵੀ ਪਛਤਾਵਾ ਹੋ ਰਿਹਾ ਹੋਣਾ ਤੇ ਹਲੇ ਵੀ ਇਸ ਦਾ ਹੱਲ ਹੈਗਾ ਉਹ ਤੁਹਾਨੂੰ ਸਾਰੀ ਗੱਲ ਦੱਸਣ ਜਾ ਰਹੇ ਹਾਂ ਤab ਬਹੁਤ ਸਾਰੀਆਂ ਨੀਂਹ ਚੀਜ਼ ਨਹੀਂ ਪਤਾ ਲੱਗੀ ਹੋਣੀ ਕੀ ਤੁਸੀਂ ਗਲਤੀਆਂ ਕਰ ਗਏ ਕਿਹੜੀਆਂ ਗਲਤੀਆਂ ਤੁਸੀਂ ਹੁਣ ਸੁਧਾਰ ਸਕਦੇ ਹੋ ਕਿਵੇਂ ਹਰ ਇੱਕ ਚੀਜ਼ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਿਵੇਂ ਕਿ ਨਾ ਆਪਣੇ ਚੈਨਲ ਦੇ ਉੱਪਰ ਨਾ ਦੀਵਾਲੀ ਰਾਤ ਹੀ ਟਪਕੇ ਗਈ ਹੈ ਦੀਵਾਲੀ ਦਾ ਤਹਾਰ ਚਲੋ ਵੀ ਲੰਘ ਚੁੱਕਿਆ ਫਿਰ ਵੀ ਆਪਾਂ ਦੋ ਤਰੀਕ ਤੱਕ ਤੁਹਾਨੂੰ ਆਫਰ ਦਿੱਤਾ ਸੀ ਇਹ ਸਾਰੀ ਜਾਣਕਾਰੀ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਤੇ ਲੈ ਕੇ ਚੱਲੂਗਾ ਮੈਂ ਆ ਅਫੀਸ਼ੀਅਲ ਵੈਬਸਾਈਟ ਤੁਹਾਡੇ ਸਾਹਮਣੇ ਆਊਗੀ ਦੇਖੋ ਅਫੀਸ਼ੀਅਲ ਵੈਬਸਾਈਟ ਤੇ ਆਪਾਂ ਲੈ ਕੇ ਚੱਲਾਂਗੇ ਤੁਹਾਡੇ ਸਾਹਮਣੇ ਆ ਗਈ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵੀ ਹੁਣ ਸਿਰਫ ਅੱਜ ਤੁਹਾਡੇ ਕੋਲੇ ਲਾਸਟ ਦੋ ਤਰੀਕੇ ਹੈ ਅੱਜ ਲਾਸਟ ਦਿਨ ਹੈ ਠੀਕ ਹੈ ਉਹ ਕਹਦਾ ਲਾਸਟ ਦਿਨ ਹੈ ਜਿਹੜਾ ਆਪਣਾ ਵੀ ਕੋਰਸਾਂ ਦੇ ਉੱਪਰ ਆਫਰ ਚੱਲ ਰਿਹਾ ਸੀ ਤੁਸੀਂ ਆ ਚੈੱਕ ਕਰ ਲਓ ਜਿਹੜੇ ਆਪਣੇ ਕੋਰਸ ਚੱਲ ਰਹੀ ਸੀ ਠੀਕ ਹੈ ਇਹ ਮੈਂ ਤੁਹਾਨੂੰ ਦਿਖਾ ਦਨਾ ਆਪਣੇ ਆ ਚਤ ਤਿੰਨ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਕੋਰਸ ਸੀ ਸਾਹਮਣੇ ਇਹ ਚਾਰੇ ਤਰ੍ਹਾਂ ਦੇ ਕੋਰਸਾਂ ਉੱਪਰ 50% ਆਫਰ ਸੀ ਵੀ ਅੱਜ ਦੋ ਤਰੀਕੇ ਅੱਜ ਲਾਸਟ ਹੈ ਵੀ ਅੱਜ ਰਾਤੀ 12 ਵਜੇ ਤੱਕ ਇਹ ਆਫਰ ਹੈ ਠੀਕ ਹੈ ਅੱਜ ਰਾਤੀ 12 ਵਜੇ ਤੱਕ ਆਫਰ ਹੈ ਵੀ 50% ਇਹ ਤੇ ਆਫ ਹੈ ਇਹ ਕੋਰਸ 300 ਦਾ ਮ 50% ਤੇ ਆਫ ਹੈ ਇਹ ਕੋਰਸ ਤੁਹਾਨੂੰ 350 ਦਾ ਮਿਲ ਰਿਹਾ ਹੈ 50% ਤੇ ਆਫ ਹੈ ਇਹ ਕੋਰਸ ਤੁਹਾਨੂੰ 1290 ਪਾਵ ਜਾ 12 1250 ਦਾ ਤੁਹਾਨੂੰ ਇੱਥੇ ਮਿਲ ਜਾਏਗਾ ਠੀਕ ਹੈ ਸੋ ਇਹ ਕੋਰਸ ਕੀ ਹੈ ਮੈਂ ਤੁਹਾਨੂੰ ਪਹਿਲਾ ਵੀਡੀਓ ਪਾਈਸ ਵੀ ਕਿਤਾਬਾਂ ਤੋਂ ਵੀ ਸਸਤੇ ਕੋਰਸ ਹੈ ਵੀ ਜਿੱਦੀ ਜਿੰਨੇ ਪੈਸੇ ਤੁਸੀਂ ਬਾਜ਼ਾਰ ਚੋਂ ਕਿਤਾਬ ਲੈਣੇ ਉਹ ਤੋਂ ਸਸਤਾ ਕੋਰਸ ਪੈ ਜਾਊਗਾ ਇਸ ਲਈ ਕਿਤਾਬ ਦੇ ਚੱਕਰ 'ਚ ਨਾ ਪੋ ਕੋਰਸ 'ਚ ਬਹਿ ਜਾਓ ਕੋਰਸ 'ਚ ਜਾ ਕੇ ਬਹਿ ਜਾਓ ਤੁਹਾਨੂੰ ਇੱਥੇ ਕੀ ਮਿਲੂਗਾ ਹਰੇਕ ਕੋਰਸ 'ਚ ਵੀਡੀਓ ਲੈਕਚਰ ਪੀਡੀਐਫ ਥਿਊਰੀ ਨੋਟਸ ਐਮਸੀਕਿਊ ਨੋਟਸ ਮੌਕ ਟੈਸਟ ਠੀਕ ਹੈ ਆਹ ਕੋਰਸ ਦੀ ਤਾਂ ਕੋਈ ਕੀਮਤੀ ਨਹੀਂ ਵੀ ਇਹਦਾ 15000 ਦਾ ਕੋਰਸ ਹੈ ਜਿਹੜਾ ਤੁਹਾਨੂੰ 12 1250 'ਚ ਮਿਲ ਰਿਹਾ ਇਹ ਖੁੱਲੇ ਦਿਲ ਦਾ ਹੀ ਕ ਅਡੀ ਚੇਸ ਕੋਰਸ ਚ ਆਓ ਮੈਂ ਤੁਹਾਨੂੰ ਫੇਰ ਕੱਲ੍ਹ-ਕੱਲ ਕਹੀ ਸੀ ਵੀ ਕਹਿੰਦੇ ਵੀ ਜਦੋਂ ਖੂਚ ਬੰਦਾ ਡਿੱਗਦਾ ਨਾ ਫੇਰ ਪਤਾ ਲੱਗਦਾ ਕਿੰਨਾ ਡੂੰਗਾ ਇੱਕ ਵਾਰ ਇਹ ਐਸਐਸਟੀ ਵਾਲੇ ਕੋਰਸ ਚ ਜਾ ਕੇ ਡਿੱਗ ਜਾਓ ਫੇਰ ਹੀ ਪਤਾ ਲੱਗੂ ਇਹ ਚ ਕੀ ਕੁਛ ਹੈ ਕਿੰਨੀ ਕੁ ਡੰਗਾਈ ਜੇ ਚੀਜ਼ਾਂ ਪਈਆਂ ਨੇ ਠੀਕ ਹੈ ਤਾਂ ਹੀ ਮੈਂ ਕਹਿਆ ਵੀ 15000 ਦਾ ਵੀ ਕੋਰਸ ਤੁਹਾਨੂੰ ਇਹ ਜਿਆ ਨਹੀਂ ਮਿਲਣਾ ਕਿਤੇ ਛੱਡ ਦਿਓ ਇਹ ਗੱਲ ਸੋ ਇਹ ਤੁਹਾਡੀ ਇੱਛਾ ਵੀ ਮੈਂ ਤੁਹਾਨੂੰ ਲਾਸਟ ਦਿਨ ਆਈ ਸੀ ਲਈ ਦੱਸਦਾ ਕੱਲ ਤੋਂ ਬਾਅਦ ਫੇਰ ਨਾ ਆਖਿਓ ਵੀ ਸਾਰੇ ਡਿਸਕਾਊਂਟ ਦੇ ਦਿਓ ਜੀ ਸਾਨੂੰ ਪਤਾ ਨਹੀਂ ਲੱਗਿਆ ਮੈਂ ਤੁਹਾਨੂੰ ਇਹੀ ਕਹਿਣਾ ਵੀ ਇਸ ਦੂ ਬਾਅਦ ਡਿਸ 15 ਬਸੇ ਇਦੋਂ ਦਾ ਹੁਣ ਜਿੰਨੇ 1 ਦਸੰਬਰ ਤੱਕ ਐਕਜ਼ਾਮ ਨਹੀਂ ਹੋਣਾ 20% ਦਾ ਸਕਾਊਂਟ ਰਹੂਗਾ ਵੀ 20 ਪਰ ਅੱਜ ਅੱਜ ਲਾਸਟ ਦਿਨ ਆ ਵੀ ਬਹੁਤ ਘੱਟ ਕੁਪਨ ਬਚੇ ਹੈ ਹਰੇਕ ਕੋਰਸ ਦੇ ਵਿੱਚ ਸਿਰਫ ਤੁਹਾਨੂੰ 50% ਡਿਸਕਾਊਂਟ ਹੈ ਠੀਕ ਹੈ ਇਹ ਕੋਰਸ ਲੈਣ ਦਾ ਫਾਇਦਾ ਕੀ ਹੈ ਵੀ ਇਸ ਕੋਰਸ ਦੇ ਵਿੱਚ ਇਹ ਐਪ ਦੇ ਉੱਪਰ ਮਿਲੂਗਾ ਕੋਰਸ ਪਹਿਲਾਂ ਆ ਐਪ ਆ ਤੁਹਾਡੇ ਸਾਹਮਣੇ MSW ਸਟੱਡੀ ਐਪ ਨੂੰ ਪਲੇ ਸਟੋਰ ਚ ਜਾ ਕੇ ਡਾਊਨਲੋਡ ਕਰੋ ਉੱਥੇ ਤੁਸੀਂ ਕੀ ਹੈ ਕੋਰਸ ਨੂੰ ਬਾਏ ਕਰ ਸਕਦੇ ਹੋ ਠੀਕ ਹੈ ਤੇ ਜ਼ਿਆਦਾ ਜਾਣਕਾਰੀ ਹੈ 883157 ਤਾਂ ਕਵਾਲिफाई ਕਰਦੇ ਨੂੰ ਪੀਐਸਟੈਟਜਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਆਪਣਾ ਪਿਛਲੇ 2023 ਦੇ ਵਿੱਚ ਹੀ ਆਪਣੇ ਮਤਲਬ ਵੀ ਕੋਰਸ ਲਏ ਜਾਂ ਹਣਾ YouTube ਤੋਂ ਤਿਆਰੀਆਂ ਕੀਤੀਆਂ ਤਾਂ ਉਹ ਜੋ ਜਿਹੜੇ ਸਾਹਮਣੇ ਹੈਗੇ ਸਾਰੇ ਰਿਵਿਊ ਤੇ ਪਹਿਲੀ ਵਾਰ ਫਰਸਟ ਟੈਮਪਰੇਚਰ ਦੇ ਸਟੂਡੈਂਟ ਨੇ ਪਾਸ ਕੀਤਾ ਕੋਰਸ ਦੇ ਰਾਹੀਂ ਬੈਸਟ ਤਰੀਕੇ ਨਾਲ ਦੇਖੋ 100 ਮਾਰਕਸ ਵੀ ਉਹ ਬਹੁਤ ਸਾਰੇ ਐਸੀ ਕੈਟਾਗਰੀ ਚ ਦੇਖੋ 95 ਮਾਰਕਸ ਤਾਂ ਇਨੇਕੀ ਚੀਜ਼ਾਂ ਤੁਸੀਂ ਤੁਹਾਡੇ ਸਾਹਮਣੇ ਦੇਖੋ 95 ਮਾਰਕਸ ਠੀਕ ਹੈ ਇਹ ਹੁਣ ਸੀਟ ਐਟ ਇਹਨਾਂ ਨੇ ਦੋਨੇ ਸੀਟ ਐਟ ਕਰੈਕ ਕੀਤਾ ਪੀਐਸਟ ਕੁਆਲੀਫਾਈ ਠੀਕ ਹੈ ਤੇ ਇਹਨਾਂ ਨੇ ਦੋਨੇ ਪੀਐਸਟ ਕੁਆਲੀਫਾਈ ਕੀਤੇ ਆਪਣੇ ਚੈਨਲ ਤੋਂ ਇਹਨਾਂ ਨੇ ਹੁਣੇ ਸੀਟ ਐਟ ਕੁਆਲੀਫਾਈ ਕੀਤਾ ਠੀਕ ਹੈ ਇਹਨਾਂ ਨੇ ਵੀ ਦੋ ਪੀਐਸਟ ਐਟ ਕੁਆਲੀਫਾਈ ਕਰ ਲਏ ਤਾਂ ਇਹ ਮਾਸਟਰ ਜੀ ਸਿਲੈਕਟਡ ਹੋ ਗਏ ਠੀਕ ਹੈ ਇਹ ਈਟੀਟੀ ਸਿਲੈਕਟਡ ਹੋ ਗਏ ਠੀਕ ਹੈ ਆ ਦੇਖੋ ETT 53 ਨੰਬਰ ਬੰਦਾ ਸੀ ਆਪਣੇ ਕੋਲੇ ਮਰ ਸਟੂਡੈਂਟ ਪੇਡ ਦੇਖੋ ਸਾਰਾ ਕੁਝ ਨੇ 1500 ਜੀ ਕੋਰਸ ਲਿਆ ਸੀ 6635 ਭਰਤੀ ਜਿੱਥੇ ਨੇ ਸਿਲੈਕਟ ਹੋ ਗਏ ਠੀਕ ਹੈ ਆ ਤੁਹਾਡੇ ਸਾਹਮਣੇ ਵੀ ਇਹ ਲਖਪ੍ਰੀਤ ਸਿੰਘ ਹੈ ਇਹ 121 ਨੰਬਰ ਲਾਈ ਸੀ ਨਾ ਤੇ SST ਚ ਤੀਰਮਾ ਰੈਂਕ ਆਇਆ ਸੀ ਇਸ ਵਾਰ ਠੀਕ ਹੈ ਮਾਸਟਰ ਗ੍ਰੇਡ ਚ ਇਹ ਮਾਸਟਰ ਗ੍ਰੇਡ ਸਿਲੈਕਟਡ ਹੈ ਵੀ SST ਚ ਆ ਦੇਖੋ ਤੁਹਾਡੇ ਸਾਹਮਣੇ ਆ 2019 ਚ 113 ਨੰਬਰ ਲੈ ਕੇ YouTube ਤੋਂ ਇਹ ਵੀ ETT ਸਿਲੈਕਟਡ ਹੈ ਗਿਆ ਚਲੋ ਇਹ ਗੱਲਾਂ ਛੱਡ ਦੋ ਵੀ ਹੁਣ ਮੈਂ ਸਾਨੂੰ ਲੈ ਕੇ ਚੱਲਦਾ ਜਿਹੜੀ ਅਸਲ ਗੱਲ ਸੀ ਆਪਣੀ ਕਿ ਕੀ ਗੱਲ ਜਾਂ ਕੀ ਨਹੀਂ ਵੈਬਸਾਈਟ ਤੇ ਲੈ ਚੱਲਦੇ ਆਂ ਤੇ ਇਹ ਕੋਰਸਾਂ ਦੇ ਜਿਹੜਾ ਲਾਹਾ ਲੈਣਾ ਵੀ ਤੁਸੀਂ 쿠ਪਨ ਕਿਵੇਂ ਯੂਜ਼ ਕਰਨਾ ਹੈ ਨਾ ਉਹ ਮੈਂ ਤੁਹਾਨੂੰ ਐਂਡ ਤੇ ਦੱਸੂਗਾ 50% ਦਾ 쿠ਪਨ ਕਿਵੇਂ ਯੂਜ਼ ਕਰਨਾ ਆ ਦੇਖੋ ਵੀ ਆਫੀਸ਼ੀਅਲ ਵੈਬਸਾਈਟ ਖੋਲੀ ਮੈਂ ਹੁਣ ਗਲਤੀਆਂ ਹੋਈਆਂ ਕੀ ਨੇ ਸਟੂਡੈਂਟਾਂ ਤੋਂ ਕਿਸ ਤੋਂ ਨਾਮ ਗਲਤ ਭਰਿਆ ਗਿਆ ਕਿਸ ਤੋਂ ਮਾਦਰ ਨਾਮ ਕਿਸ ਤੋਂ ਫਾਦਰ ਨਾਮ ਗਲਤ ਭਰਿਆ ਗਿਆ ਕਿਸ ਤੋਂ ਕੁਆਲਿਫੀਕੇਸ਼ਨ ਗਲਤ ਭਰੀ ਗਈ ਕਿਸ ਤੋਂ ਪੇਪਰ 1 ਜਾਂ 2 ਗਲਤ ਭਰਿਆ ਗਿਆ ਕਿਸੇ ਨੇ ਹੈ ਨਾ ਪੇਪਰ ਬੀਐਡ ਵਾਲੀ ਸੀ ਉਹਨੇ 1 ਭਰਤਾ ਜਿਹੜੇ ਈਟੀਟੀ ਹਸ ਨੇ 2 ਪਰ ਤੱਕ ਤਾਂ ਕਾਫੀ ਗਲਤੀਆਂ ਹਰੇਕ ਨੇ ਗਲਤੀਆਂ ਹੋਣੀਆਂ ਕਿਸ ਤੋਂ ਜਿਹੜੇ ਸਾਈਨ ਹੁੰਦੇ ਆ ਉਹ ਸਾਈਨ ਇੱਕ ਅੱਖਰ ਦਾ ਫਰਕ ਰਹਿ ਗਿਆ ਠੀਕ ਹੈ ਮੰਨ ਲਓ ਜਿਵੇਂ ਡਬਲ ਈ ਪਉਣੀ ਹੈ ਕਿਸੇ ਨੇ ਇੱਕ ਈ ਰਹਿ ਗਈ ਇਦਾਂ ਹਨਾ ਤਾਂ ਉਹ ਸਾਈਨ ਬਹੁਤ ਜ਼ਰੂਰੀ ਹੈ ਵੀ ਜਿੰਨਾ ਤੋਂ ਸਾਈਨ ਦੀ ਗਲਤੀ ਹੋਈ ਹੈ ਨਾ ਸਾਈਨ ਅਪਲੋਡ ਦੀ ਗਲਤੀ ਸਾਈਨ ਗਲਤ ਹੋ ਗਏ ਥੋੜਾ ਮੋਟਾ ਵੀ ਫਰਕ ਰਹਿ ਗਿਆ ਉਹਨਾਂ ਵਾਸਤੇ ਖਤਰਾ ਵੀ ਉਹਨਾਂ ਨੂੰ ਤੁਸੀਂ ਬਿਠਾਉਣਾ ਨਹੀਂ ਠੀਕ ਹੈ ਕਿਉਂਕਿ ਉਹ ਐਡਮਿਟ ਕਾਰਡ ਨਾਲ ਹੀ ਸਾਈਨ ਉਹਨਾਂ ਨੇ ਮੈਚ ਕਰਨੇ ਹੁੰਦੇ ਉੱਥੇ ਤੇ ਇਹ ਬਹੁਤ ਜ਼ਰੂਰੀ ਹੈ ਹੁਣ ਉਹਨਾਂ ਵਾਸਤੇ ਸਾਰੇ ਵਾਸਤੇ ਹੱਲ ਕੀ ਹੈ ਵੀ ਤੂੰ ਅਫੀਸ਼ੀਅਲ ਵੈਬਸਾਈਟ ਤੇ ਤੁਸੀਂ ਜਾਓਗੇ ਐਡਵਰਟਾਈਜ਼ਮੈਂਟ ਖੋਲੋਗੇ ਐਡਵਰਟਾਈਜ਼ਮੈਂਟ ਤੇ ਤੁਹਾਨੂੰ ਉਹ ਚੀਜ਼ ਨਹੀਂ ਮਿਲਦੀ ਜਿਹੜੀ ਲਿਖੀ ਹੋਈ ਆ ਦੇਖੋ ਇਹਨਾਂ ਨੇ ਤਾਂ ਸਿਰਫ ਇੰਝ ਲਿਖਿਆ ਹੋਇਆ ਕਹਿੰਦੇ ਵੀ 16 10 ਤੋਂ ਸ਼ੁਰੂ ਹੋ ਕੇ 4 11 ਤੱਕ ਵੀ 4 ਨਵੰਬਰ ਤੱਕ ਸ਼ਾਮ 10 ਵਜੇ ਤੱਕ ਤੁਸੀਂ ਰਾਤ ਤੱਕ ਅਪਲਾਈ ਕਰ ਸਕਦੇ ਹੋ ਠੀਕ ਹੈ ਉਦੋਂ ਬਾਅਦ ਇਹ ਸਾਈਟ ਬੰਦ ਹੋ ਜਾਊਗੀ ਹੁਣ ਇੱਥੇ ਇੱਕ ਚੀਜ਼ ਹੋਰ ਲਿਖੀ ਵੀ ਕੀ ਡੇਟਸ ਆ ਦੇਖੋ ਕੀ ਡੇਟਸ ਕੀ ਡੇਟਸ ਜਾਵਾਂਗੇ ਇੱਥੇ ਦੇਖੋ ਵਿੱਚ ਕੀ ਲਿਖਿਆ ਜਾਂਦਾ ਨੇ ਉਹ ਤਾਂ ਲਿਖੀ ਲਿਖਿਆ ਵੀ 16 ਤੋਂ ਸ਼ੁਰੂ ਹੋ ਕੇ 4 ਨਵੰਬਰ ਤੱਕ ਸ਼ਾਮ 1 ਆਨਲਾਈਨ ਬੇਰਬਿਆਂ ਦੀ ਸੂਧ ਵੀ ਜਿੰਨਾ ਤੋਂ ਗਲਤੀ ਹੋ ਗਈ ਵੀ 5 11 ਤੋਂ ਲੈ ਕੇ 8 11 ਤਿੰਨ ਦਿਨ ਦਿੱਤੇ ਗਏ ਵੀ ਪੂਰੇ ਟੌਪ ਦਾ ਤੁਹਾਨੂੰ ਤਿੰਨ ਦਿਨ ਦਿੱਤੇ ਗਏ ਆਪਣਾ ਪੂਰਾ ਧਿਆਨ ਰੱਖਣਾ ਜਿਨ੍ਹਾਂ ਨੇ ਗਲਤੀ ਕੀਤੀ ਭੁੱਲਣਾ ਜਾਓ ਕੋਈ ਵੀ ਕਿਸੇ ਤਰ੍ਹਾਂ ਦੀ ਫਾਰਮ 'ਚ ਤੁਹਾਡੀ ਗਲਤੀ ਆ ਦੇਖੋ ਆਨਲਾਈਨ ਬੇਰਬਿਆਂ ਦੀ ਸੂਧ ਲਈ 5 11 ਤੋਂ ਲੈ ਕੇ 8 11 ਆਪ 5 ਨਵੰਬਰ ਤੋਂ ਲੈ ਕੇ 8 ਨਵੰਬਰ ਤੱਕ ਤੁਸੀਂ ਕੀ ਕਰ ਸਕਦੇ ਹੋ ਸੋਧ ਕਰ ਸਕਦੇ ਹੋ ਆਪਣੇ ਫਾਰਮ ਚ ਜਿਹੜੇ ਵੀ ਤੁਹਾਡੇ ਫਾਰਮ ਚ ਕੋਈ ਗੜਬੜ ਹੋਈ ਆ ਠੀਕ ਹੈ ਜਿਹੜੀ ਵੀ ਕਿਸੇ ਤਰ੍ਹਾਂ ਦੀ ਗੜਬੜ ਹੋਈ ਆ ਆਪਣਾ ਫਾਰਮ ਨੂੰ ਐਡਿਟ ਕਰਕੇ ਸੋਧ ਕਰ ਸਕਦੇ ਹੋ ਹੁਣ ਆਪਣਾ ਫਾਰਮ ਆਪਣੇ ਐਪਲੀਕੇਸ਼ਨ ਸਾਰੇ ਇਹਨੇ ਚੈੱਕ ਕਰ ਲਓ ਦੁਆਰਾ ਜਿਹੜੇ ਤੁਹਾਡੇ ਐਪਲੀਕੇਸ਼ਨ ਨਿਕਲੇ ਉਥੇ ਦੇਖ ਲਓ ਵੀ ਛੋਟੇ ਤੋਂ ਕੋਈ ਗਲਤੀ ਤਾਂ ਨਹੀਂ ਹੋਈ ਠੀਕ ਹੈ ਬਾਅਦ ਚ ਨਾ ਪਛਤਾਵਾ ਹੋਵੇ ਇਹ ਲਾਸਟ ਮੌਕਾ ਵੀ ਇਸ ਤੋਂ ਬਾਅਦ ਮੌਕਾ ਨਹੀਂ ਮਿਲਣਾ ਇਸ ਤੋਂ ਬਾਅਦ ਸਿੱਧਾ ਸਦਾ ਪੇਪਰ 'ਤੇ ਬੈਠਣਾ ਪੈਣਾ ਠੀਕ ਹੈ ਫੇਰ ਨਾ ਕਿ ਉਹ ਸਾਰੇ ਰੂਲ ਨਹੀਂ ਆਏ ਜਾਂ ਸਾਡੇ ਤੋਂ ਕੋਈ ਮਿਸਟੇਕ ਹੋਈ ਸਾਨੂੰ ਨਹੀਂ ਪਤਾ ਲੱਗਿਆ ਠੀਕ ਹੈ ਇਹ ਤੁਹਾਡੇ ਵਾਸਤੇ ਜਾਣਕਾਰੀ ਸੀ ਸਭ ਤੋਂ ਇਹ ਅਹਿਮ ਜਾਣਕਾਰੀ ਵੀ 5 ਨਵੰਬਰ ਤੋਂ ਲੈ ਕੇ 8 ਨਵੰਬਰ ਤੱਕ ਮੈਂ ਦੁਬਾਰਾ ਦੱਸ ਦਿੰਦਾ ਹੁਣ ਚਲੋ ਗੱਲ ਕਰ ਲਈ ਜਿਹੜਾ ਆਪਾਂ ਕੋਰਸ ਦੇ ਵਿੱਚ ਜਿਹੜਾ 쿠ਪਨ ਕਿਵੇਂ ਯੂਜ਼ ਕਰਨੇ ਠੀਕ ਹੈ ਆਪਣੇ ਐਪ ਤੇ ਜਾਓਗੇ ਐਪ ਦਾ ਨਾਮ MSW ਸਟਡੀਸ ਤੁਹਾਨੂੰ ਪਤਾ ਹੀ ਹੈ ਪਲੇ ਸਟੋਰ ਤੇ ਐਪ ਡਾਊਨਲੋਡ ਹੋ ਗਿਆ ਉਥੇ ਜੀ ਦੋਸਤੋ ਇਹ ਕੋਰਸ ਐਪ ਨੂੰ ਓਪਨ ਕਰੋਗੇ ਐਪ ਓਪਨ ਕਰੋਗੇ ਤੁਹਾਨੂੰ ਉਥੇ ਕੋਰਸ ਦਿਖਾਈ ਦੇਣਗੇ ਉਥੇ ਸਰਚ ਬਾਕਸ ਵੀ ਹੋਊਗਾ ਉਥੇ ਐਦਾਂ ਮਾਰੋ ਵੀ ਪੀਐਸਟੈਟ ਐਦਾਂ ਲਿਖ ਦਿਓ ਤੁਹਾਨੂੰ ਉਥੇ ਐਸਐਸਟੀ ਦਾ ਫੁੱਲ ਕੋਰਸ ਆ ਜਾਊ ਮੈਂ ਤੁਹਾਨੂੰ ਜਿਹੜਾ ਕੋਰਸ ਕਹਿਣਾ ਵੀ ਐਸਐਸਟੀ ਦਾ ਫੁੱਲ ਕੋਰਸ ਹੈ ਇਹਨੂੰ ਕਲਿੱਕ ਕਰ ਲਓ ਕਲਿੱਕ ਕਰੋਗੇ ਇਹਨੂੰ ਉੱਪਰ ਕਰੋ ਵੀ ਉੱਪਰ ਕਰੋਗੇ ਇੱਥੇ ਉਥੇ ਤੁਹਾਨੂੰ ਨਾ ਮੋਬਾਈਲ ਤੇ ਨੀਚੇ ਲਿਖੂਗਾ ਇਹਦਾ ਸਾਈਡ ਤੇ ਦਿਖ ਰਿਹਾ ਹੈ ਨਾ ਉਥੇ ਦੇਖੋ ਆ 2575 ਪੀ 2575 ਨਹੀਂ ਦੇਣੇ ਨਹੀਂ ਦੇਣੇ ਤੁਸੀਂ ਕੀ ਕਰਨਾ ਇੱਥੇ ਵਿਊ ਆਲ ਤੇ ਕਰਨਾ ਹੈ ਵਿਊ ਆਲ ਤੇ ਕਰਨੇ ਇਥੇ ਆ ਦੇਖੋ ਦੀਵਾਲੀ 1 2 4 ਇਦਾਂ coupon ਦਾ ਨਾਮ 50% ਆਫ ਅਪਲਾਈ ਤੇ ਕਲਿੱਕ ਕਰ ਦੋ ਬਸ ਅੱਜ ਜਿਹੜੇ ਦੇਣਾ ਇਹ ਖਤਮ ਹੋ ਜਾਣਗੇ 2 ਬਾਅਦ ਐਕਸਪਾਇਰ 1 ਡੇ ਲਿਖਿਆ ਹੋਇਆ ਇਹਨਾਂ ਨੇ ਠੀਕ ਹੈ ਜਦੋਂ ਕਰੋਗੇ ਤਾਂ ਤੁਹਾਡੇ ਕੋਲ ਕਿੰਨੀ ਫੀਸ ਰਹੇਗੀ 2575 ਜੀ ਫੀਸ ਸੀ ਬਈ 1292 ਦਾ ਤੁਹਾਨੂੰ ਸਿਰਫ ਕੋਰਸ ਪੈ ਰਿਆ ਜਿਸ ਵਿੱਚ ਤੁਹਾਨੂੰ ਹਿਸਟਰੀ ਥਿਉਰੀ ਜਿਸ ਦੇ ਵਿੱਚ ਤੁਹਾਨੂੰ ਜੀਓਗ੍ਰਾਫੀ ਦੀ ਥਿਉਰੀ ਜਿਸ ਤੁਹਾਨੂੰ ਪੋਲੀਟੀਕਲ ਦੀ ਥਿਉਰੀ ਸੀਡੀਪੀ ਦੀ ਥਿਉਰੀ ਪੈਡਾਗੋਜੀ ਦੀ ਥਿਉਰੀ ਪੰਜਾਬੀ ਪੈਡਾਗੋਜੀ ਥਿਉਰੀ ਪੰਜਾਬੀ ਗ੍ਰਾਮਰ ਦੀ ਥਿਉਰੀ ਜਿਹਦੇ ਵਿੱਚ ਤੁਹਾਨੂੰ ਅ ਇੰਗਲਿਸ਼ ਦੀ ਥਿਉਰੀ ਇੰਗਲਿਸ਼ ਪੈਡਾਗੋਜੀ ਥਿਉਰੀ ਥਿਉਰੀ ਦੇ ਨਾਲ ਵੀਡੀਓ ਲੈਕਚਰ ਵੀ ਥਿਉਰੀ ਚ ਸਮਝਾਇਆ ਹੋਇਆ ਕਨਸੈਪਟ ਕਲੀਅਰ ਫਿਰ ਤੁਹਾਨੂੰ ਐਮਸੀਕਿਊ ਤੁਹਾਨੂੰ ਐਨਸੀਆਰਟੀ ਬੇਸ ਐਮਸੀਕਿਊ ਤੁਹਾਨੂੰ ਪੀਐਸਵੀ ਐਮਸੀਕਿਊ ਦੇ ਵਿੱਚ ਇਸ ਕੋਰਸ ਚ ਤੁਹਾਨੂੰ ਹੋਰ ਛੱਡੋ ਇਸ ਦੇ ਵਿੱਚ ਤੁਹਾਨੂੰ ਬੰਨ ਲ ਐਨ ਐਮਸੀਕਿਊ ਤੁਹਾਨੂੰ ਮੌਕ ਟੈਸਟ ਮੈਂ ਕਿ 1292 ਚ ਮਿਲ ਰਿਹਾ ਅੱਜ ਅੱਜ ਤੱਕ ਦਾ ਆਫਰ ਲੈ ਲਓ ਠੀਕ ਹੈ ਨਿਆਰਾ ਲੈ ਲਓ ਵੀ ਜਿਹਨੇ ਲੈਣਾ ਠੀਕ ਹੈ ਫੇਰ ਨਾਖੋ ਤੇ ਮਾਸਟਰਗੇਟ ਅਗਲੀ ਜਦੋਂ ਤੁਸੀਂ ਪੀਐਸਟ ਪਾਸ ਕਰ ਲੈਣਾ ਐਸਐਸਟੀ ਵਾਲਾ ਨੇ ਮਾਸਟਰਗੇਟ ਉਹਦੀ 70% ਤਿਆਰੀ ਹੋ ਜੂ ਇਸ ਕੋਰਸ ਦੇ ਵਿੱਚ ਵਾਦਾ ਕਰਦੇ ਹਾਂ ਤੁਹਾਡੇ ਨਾਲ 70% ਤਿਆਰੀ ਹੋ ਜੂ 30% ਹੀ ਪੜ੍ਹਨਾ ਪਊਗਾ 1 ਸਾਲ ਦੀ ਵੈਲਿਡਿਟੀ ਹੈ ਇੱਕ ਹੋਰ ਦੇਖੋ 1 ਸਾਲ ਦੀ ਵੈਲਿਡਿਟੀ ਤੁਹਾਨੂੰ ਕੋਈ ਨਹੀਂ ਦੇਊਗਾ ਵੀ ਇਸ ਕੋਰਸ ਦੀ 1292 ਦੇ ਵਿੱਚ 1 ਸਾਲ ਦੀ ਵੈਲਿਡਿਟੀ ਨਹੀਂ ਦੇਊਗਾ ਤੁਹਾਨੂੰ ਸਿਰਫ ਐਗਜ਼ਾਮ ਤੇ ਇੱਕ ਮਿਲੂਗੀ ਜੇ ਮਿਲੂਗੀ ਠੀਕ ਹੈ ਚਲੋ ਇੰਨੇ ਚ ਤਾਂ ਤੁਹਾਨੂੰ ਸਾਰਾ ਕੁਝ ਮਿਲ ਰਿਹਾ ਕੱਲੀਆਂ 12-12 ਹਜ਼ਾਰ-ਹਜ਼ਾਰ ਤੱਕ ਤੁਹਾਨੂੰ ਟੈਸਟ ਸੀਰੀਜ਼ ਮਿਲ ਰਹੀਆਂ ਵੀ ਪੀਐਸਟੈਟ ਦੀਆਂ ਟੈਸਟ ਸੀਰੀਜ਼ ਪਰ ਇੱਥੇ ਤੁਹਾਨੂੰ ਸਾਰਾ ਕੁਝ ਢੇਰ ਲਾਤਾ ਵੀ ਟਰਾਲੀ ਭਰ ਕੇ ਦੇਦੀ ਠੀਕ ਹੈ ਇੱਛਾ ਤੁਹਾਡੀ ਆ ਚਲੋ ਹੁਣ ਇੱਥੇ ਕੋਈ ਹੋਰ ਕੋਰਸ ਦੇਖ ਲਓ ਜਿਵੇਂ ਕੱਲਾ ਸੀ ایਵੀਐਸ ਦਾ ਲੈਣਾ ਕਿਸ ਨੇ ਆ ایਵੀਐਸ ਦਾ ਠੀਕ ਹੈ ਇਹ ਕੋਰਸ ਦੇ ਇਥੇ 599 ਲਿਖਿਆ ਕਾਟਾ ਮਾਰ ਦੋ ਇਹ 300 ਚ ਮਿਲ ਜੂਗਾ ਤੁਹਾਨੂੰ 50% ਆਫ ਚੱਲ ਰਿਹਾ ਜਿਵੇਂ ਆਹ ਵੀ ਆਹ ਕਾਮਨ ਸੈਕਟ ਆ ਇਹ ਚਾਹੇ ਤੁਸੀਂ ਆਰਟ ਐਂਡ ਕ્રાਫਟ ਵਾਲੇ ਬੀਜ ਈਟੀਟੀ ਕੋਈ ਵੀ ਇਹ ਕਾਮ ਕਲਿੱਕ ਕਰ ਲਓ ਠੀਕ ਹੈ ਤਾਂ ਕਲਿੱਕ ਕਰੋਗੇ 1199 ਨਹੀਂ ਆਉਣਾ ਇੱਥੇ ਅਗਲੇ ਕਲਿੱਕ ਕਰਾਂਗੇ 쿠ਪਨ ਯੂਜ਼ ਕਰ ਲਓ ਬਾਈਕ ਕੂਪਨ ਕਰੋ ਅਪਲਾਈ ਕੂਪਨ ਕਰੋ ਤੇ ਇੱਥੇ ਅਪਲਾਈ ਕਰ ਦੋ ਵੀ ਦਿਵਾਲੀ ਵਾਲਾ ਆਫਰ ਚੱਲ ਰਿਹਾ ਅੱਜ ਅੱਜ ਦਾ ਦਿਨ ਹੈ ਇਹ ਠੀਕ ਹੈ ਜਿਹੜੀ ਫੀਸ ਕਿੰਨੀ ਰਹੀ 625 625 ਚ ਇਹ ਕੋਰਸ ਲੈ ਲਓ ਵੀ 625 ਤੁਹਾਨੂੰ ਇਹ ਸਾਰਾ ਕੋਰਸ ਮਿਲ ਜਾਏਗਾ ਠੀਕ ਹੈ ਇਸ ਤਰ੍ਹਾਂ ਤੁਸੀਂ ਕੀ ਆ ਬੈਸਟ ਤਰੀਕੇ ਨਾਲ ਆਪਣੀ ਤਿਆਰੀ ਕਰ ਸਕਦੇ ਹੋ ਕਿ ਸੀਡੀਪੀ ਦਾ ਕੋਰਸ ਵੀ ਉਹ ਚ ਵੀ ਕੂਪਨ ਯੂਜ਼ ਕਰ ਸਕਦੇ ਹੋ ਦਿਖਾਣੇ ਤੁਹਾਨੂੰ ਸੀਡੀਪੀ ਦਾ ਕੱਲੀ ਸੀਡੀਪੀ ਲੈਣੀ ਹੈ ਜਿਹਨਾਂ ਨੇ ਜਿਹੜੇ ਕਹਿੰਦੇ ਵੀ ਅਸੀਂ ਕੱਲੀ ਸੀ ਇਥੇ ਪਿਆ ਹੋਣਾ ਵੀ ਆ ਇੱਕ ਸੈਕਿੰਡ ਅੱਗੇ ਚੱਲਦੇ ਆ ਆ ਪਿਆ ਸੀਡੀਪੀ ਵਾਲਾ ਕਲਾਸ ਕੋਰਸ ਆ ਦੇਖੋ 699 ਵਾਲਾ ਕੋਰਸ ਠੀਕ ਹੈ ਆ ਸੀਡੀਪੀ ਦਾ ਕੋਰਸ ਪਿਆ ਵੀ ਕਲਾ ਠੀਕ ਹੈ ਇਹਦੇ ਤੇ ਕੀ ਕਰੋ ਵਿਊ ਵਾਲ ਤੇ ਦੇਖੋ ਫੀਸ ਦੇਖੋ ਪਹਿਲਾਂ 727 ਦਾ ਪਹਿਰਾ ਤੁਹਾਨੂੰ ਇਹ ਕਿੰਨੇ ਦਾ ਪਹਿਰਾ 727 ਦਾ ਪਰ ਨਹੀਂ ਵਿਊ ਆਲ ਕਰ ਦੋ ਅਪਲਾਈ ਕਰ ਦੋ ਡਨ ਕਰ ਦੋ ਕੂਪਨ ਕਿੰਨੇ ਦਾ ਰਹਿ ਗਿਆ ਵੀ 369 ਰੁਪਏ ਦਾ 369 ਚ ਸੀਡੀਪੀ ਸੀਡੀਪੀ ਚ ਕੀ ਮਿਲ ਰਿਹਾ ਦੋ ਟੀਚਰਾਂ ਦੀਆਂ ਥਿਓਰੀਆਂ ਮਿਲ ਰਹੀਆਂ ਦੋ ਟੀਚਰਾਂ ਦੀਆਂ ਇੱਕ ਦੀਆਂ ਨਹੀਂ ਦੋ ਟੀਚਰਾਂ ਦੀਆਂ ਥਿਓਰੀਆਂ ਮਿਲ ਰਹੀਆਂ ਤੁਹਾਨੂੰ ਤੇ ਥਿਉਰੀ ਨੋਟਸ ਵੀ ਮਿਲਦੇ ਤੁਹਾਨੂੰ ਐਪ ਦੇ ਵਿੱਚ ਪ੍ਰੋਵਾਈਡ ਹੋ ਸਭ ਕੁਝ ਤੇ ਤੁਹਾਨੂੰ 5000 MCQ ਮਿਲੂਗਾ ਤੇ ਤੁਹਾਨੂੰ ਮੌਕ ਟੈਸਟ ਮਿਲਣਗੇ ਠੀਕ ਹੈ ਤੇ ਤੁਹਾਨੂੰ 7 ਸਾਲ ਦਾ ਐਕਸਪੀਰੀਅੰਸ ਮਿਲੂਗਾ ਇਹਨਾਂ ਕੋਰਸਾਂ ਦੇ ਵਿੱਚ ਤਾਂ ਤੁਸੀਂ ਕੀ ਕਰ ਸਕਦੇ ਹੋ ਵੀ 369 ਦੇ ਵਿੱਚ ਸਾਰਾ ਕੋਰਸ ਸੀਡੀਪੀ ਦਾ ਲੈ ਸਕਦੇ ਹੋ ਠੀਕ ਹੈ ایਵੀਐਸ ਵਾਲਿਆਂ ਵਾਸਤੇ ਵੀ ਇਹੀ ਚੀਜ਼ ਹੈ ਚਲੋ ਬੜਾ ਨੰਦ ਸੀ ਇਹ ਸੋ ਇਹ ਜਾਣਕਾਰੀ ਸੀ ਅੱਜ ਅਸੇ ਦਾ ਲਾਸਟ ਦਿਨ ਹੈ ਠੀਕ ਹੈ ਪਰ ਆਹ ਆਹ ਗੱਲ ਬਹੁਤ ਹੈ ਮਾ ਵੀ ਜਿਨ੍ਹਾਂ ਨੇ ਗਲਤੀਆਂ ਕਰ ਲਈਆਂ ਪਛਤਾ ਰਹੇ ਨੇ ਪਰ ਗਲਤੀ ਕਰਕੇ ਪਛਤਾਉਣਾ ਵੀ ਠੀਕ ਹੈ ਪਰ ਹੁਣ ਉਹ ਪਛਤਾਵਾ ਤੁਹਾਡਾ ਠੀਕ ਹੋ ਸਕਦਾ ਹੈ 5 ਨਵੰਬਰ ਤੋਂ ਲੈ ਕੇ 8 ਨਵੰਬਰ ਤੱਕ ਤੁਹਾਡੇ ਕੋਲੇ ਸਮਾਂ ਹੈ ਆਪਣਾ ਧਿਆਨ ਰੱਖਿਓ ਜਦੋਂ ਹੀ 5 ਨਵੰਬਰ ਆ ਗਈ ਆਪਣਾ ਫਾਰਮ ਖੋਲ ਕੇ ਦੇਖੋ ਆਪਣੇ ਐਪਲੀਕੇਸ਼ਨ ਚੈੱਕ ਕਰੋ ਵੀ ਕੋਈ ਗਲਤੀ ਤਾਂ ਨਹੀਂ ਕੀਤੀ ਜੇ ਕੋਈ ਗਲਤੀ ਕੀਤੀ ਆਪਣੀ ਸੁਧਾਰ ਲਓ ਵੀ ਤਿੰਨ ਦਿਨ ਦਿੱਤੇ ਗਏ ਬਹੁਤ ਵਧੀਆ ਇਸ ਇਸ ਵਾਰ ਜਿਹੜਾ ਵੈਬਸਾਈਟ ਤੇ ਸਿਸਟਮ ਦਿੱਤਾ ਗਿਆ ਠੀਕ ਹੈ ਸੋ ਇਹ ਜਾਣਕਾਰੀ ਸੀ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਮਿਲਾਂਗੇ ਨੈਕਸਟ ਕਿਸੇ ਹੋਰ ਜਾਣਕਾਰੀ ਚ ਤਦ ਤੱਕ ਲਈ ਸასი ਸ਼ਕਲ ਧੰਨਵਾਦ